BBM दे विचों पंजाब दी पोस्ट खत्म कर दी गई है। तुसी BBM दे विचों SDO लगते हो, हुण रिटायर हो गए हो, असल विच मुद्दा है कि सो साडी उत्थे हजारां दे हिसाब नाल जिहड़ियां पोस्टां ने ਉਹ ਖਾਲੀ ਨੇ ਔਰ ਉਹ ਫਿਰ ਕੰਮ ਚਲਾਉਣ ਵਾਸਤੇ ਜਿਹੜੇ ਮੁਲਾਜ਼ਮ ਨੇ ਹੋਰਾਂ ਸੂਬਿਆਂ ਦੇ ਉੱਤੇ ਕੰਮ ਕਰ ਰਹੇ ਨੇ, ਤਨਖਾਹਾਂ ਲੈ ਰਹੇ ਨੇ, ਜਦਕਿ ਉਹਦਾ ਖਰਚਾ ਅਸੀਂ ਅਦਾ ਕਰ ਰਹੇ। ਪੰਜਾਬ ਦੇ ਵਿੱਚੋਂ ਮੁਲਾਜ਼ਮ ਉੱਥੇ ਜਾ ਨਹੀਂ ਰਹੇ, ਉਹ ਜਿਹੜੇ ਬਾਕੀ ਸੂਬਿਆਂ ਤੋਂ ਮੁਲਾਜ਼ਮ ਆਉਂਦੇ ਨੇ ਉਹਨਾਂ ਦਾ ਖਰਚਾ ਪੰਜਾਬ ਗਵਰਨਮੈਂਟ ਨੇ ਚੁੱਕਿਆ। ਕੁਦਰਤੀ ਆ, ਖਰਚੇ ਦੇ ਵਿੱਚ ਤਾਂ ਅਸੀਂ ਦੇਣਦਾਰ ਹੈਗੇ, ਦੇਣਾ ਹੀ ਦੇਣਾ ਜੋ ਉੱਥੇ ਖਰਚਾ ਹੁੰਦਾ, ਖਰਚਾ ਤਾਂ ਅਸੀਂ ਦਿੰਦੇ ਹਾਂ, ਤਨਖਾਹਾਂ ਵਾਸਤੇ ਬਜਟ ਪ੍ਰੋਵਾਈਡ ਕਰਦੇ ਹਾਂ। ਕਿ ਜੇ BBM ਦੇ ਵਿੱਚੋਂ ਦੀ ਪੰਜਾਬ ਦੀ ਨੁਮਾਇੰਦਗੀ ਖਤਮ ਕਰ ਦਿੱਤੀ ਹੈ, ਹੁਣ ਪਾਣੀ ਕਿਵੇਂ ਲਵੇਗਾ ਪੰਜਾਬ BBM ਤੋਂ? ਪਰ ਸਵਾਲ ਇਹ ਵੀ ਹੈ ਨਾ ਕਿ ਜੇ ਸਾਡੇ ਮੁਲਾਜ਼ਮ ਜਾਣ ਨਾ ਤਾਂ ਫਿਰ ਉਹ BBM ਵੀ ਚੱਲੂਗੀ ਕਿਵੇਂ? ਹੁਣ ਕੀ ਮੰਨੀਏ ਕਿ ਵਾਕਈ ਪੰਜਾਬ ਦੇ ਨੌਜਵਾਨ ਪੜ੍ਹ ਨਹੀਂ ਪਾ ਰਹੇ, ਕੁਆਲੀਫਿਕੇਸ਼ਨ ਹੈ ਨਹੀਂ, ਤਾਂ ਕਰਕੇ ਨਹੀਂ ਅਪੁਆਇੰਟ ਕੀਤੇ ਜਾ ਰਹੇ, ਜਾਂ ਪੰਜਾਬ ਦੇ ਮੁਲਾਜ਼ਮ ਇੱਥੋਂ ਜਾਣਾ ਹੀ ਨਹੀਂ ਚਾਹੁੰਦੇ? ਸਾਡਾ ਉੱਥੇ ਜਦੋਂ ਹਿੱਸਾ ਹੈ ਤਾਂ ਅਸੀਂ ਉੱਥੇ ਕਿਉਂ ਨਾ ਜਾਈਏ, ਸਾਨੂੰ ਜਾਣਾ ਚਾਹੀਦਾ। ਪਰ ਅਸੀਂ ਇੱਕ ਕੰਫਰਟ ਜ਼ੋਨ ਮੁਲਾਜ਼ਮਾਂ ਨੇ ਬਣਾ ਲਿਆ, ਕੁਛ ਸਿਆਸੀ ਜਿਹੜੀ ਹੈਗੀ ਇਹਦੀ ਉਹ ਆਪਦੀ ਵਰਤੋਂ ਕਰਦੇ ਨੇ ਆਪਦੇ ਸੰਬੰਧਾਂ ਦੀ, ਰਿਸ਼ਤਿਆਂ ਦੀ। ਤੋ ਆਪਣੇ ਇਲਾਕੇ ਦੇ MLA ਮੰਤਰੀ ਸਾਹਿਬਾਨ ਨੂੰ ਕਹਿ ਕੇ, ਨਹੀਂ ਜੀ ਮੈਂ ਨਹੀਂ ਜਾਣਾ ਉਨੀ ਦੂਰ ਜੀ, ਮੇਰਾ ਤਾਂ ਘਰ ਪਰਿਵਾਰ ਬਠਿੰਡੇ ਹੈ, ਮੈਂ ਫਿਰੋਜ਼ਪੁਰ ਹਾਂ, ਹਰੇਕ ਬੰਦਾ ਆਪਦੇ ਕੰਫਰਟ ਜ਼ੋਨ 'ਚ ਬੈਠਾ। ਤਰਪੇਰੀਅਨ ਕਾਨੂੰਨ ਦੀ ਪਹਿਲੀ ਸ਼ਰਤ ਇਹ ਹੈ ਕਿ ਜਿਸ ਇਲਾਕੇ ਦਾ ਫਰੰਟੇਜ ਮੱਥਾ ਲੱਗਦਾ ਦਰਿਆ ਦੇ ਨਾਲ, ਉਹ ਇਲਾਕੇ ਉਸ ਉਹਦੇ ਪਰਿਵਾਰ ਦੇ ਮੈਂਬਰ ਨੇ, ਰਿਪੇਰੀਅਨ ਪਰਿਵਾਰ ਦੇ, ਜਿਹੜੇ ਉਸ ਦਰਿਆ ਦੇ ਪਾਣੀ ਦੇ ਹੱਕਦਾ। ਜਦੋਂ ਸੂਬੇ ਬਣੇ ਨੇ ਅਲੱਗ ਅਲੱਗ ਸਭ ਸੂਬਿਆਂ ਨੂੰ ਕੁਦਰਤੀ ਸਰੋਤਾਂ ਦੇ ਉੱਤੇ ਅਧਿਕਾਰ ਦੇ ਦਿੱਤਾ, ਪੰਜਾਬ ਨੂੰ ਕਿਉਂ ਨਹੀਂ? ਤਾਂ ਜਦੋਂ ਇੱਕਦਮ ਗੱਲ ਆਉਂਦੀ ਹੈ ਕਿ ਅਸੀਂ 5 ਦਰਿਆਵਾਂ ਦੇ ਮਾਲਕ ਹੁੰਦੇ ਸੀ, 2.5 ਖੋਲੇ, ਤਾਂ ਅਸੀਂ ਇੱਕਦਮ ਰਿਐਕਟ ਕਰਦੇ ਕਿ 2.5 ਤਾਂ ਸਾਡੇ ਪਹਿਲਾਂ ਖੋਏ ਗਏ। ਨਹੀਂ ਦੋਸਤੋ, 5 ਦਰਿਆ ਜਿੱਥੇ ਪਹਿਲਾਂ ਵਗਦੇ ਸੀ 1947 ਤੋਂ ਪਹਿਲਾਂ ਉੱਥੇ ਵਗਦੇ ਨੇ। ਅਸੀਂ ਆਪਦੇ ਇਲਾਕੇ ਬਦਲੇ ਨੇ, ਪ੍ਰਸ਼ਾਸਨਿਕ ਬਦਲੀਆਂ ਕੀਤੀਆਂ ਨੇ, ਦਰਿਆ ਉੱਥੇ ਹੀ ਨੇ, ਦਰਿਆ ਅਜੇ ਵੀ 5 ਹੀ ਨੇ। ਪੰਜਾਬ ਇੱਕ ਬੜੇ ਵੱਡੇ ਇਲਾਕੇ ਦਾ ਨਾਂ ਸੀ ਜਿੱਥੇ 5 ਦਰਿਆ ਹੁੰਦੇ ਸੀ, ਫਿਰ ਅਸੀਂ ਇਲਾਕਾ ਛੋਟਾ ਕਰ ਲਿਆ, ਫਿਰ ਅਸੀਂ 66 ਦੇ ਵਿੱਚ ਹੋਰ ਵੰਡ ਕਰ ਲਈ। ਪਰ ਜਦੋਂ ਅਸੀਂ ਪ੍ਰਸ਼ਾਸਨਿਕ ਹੱਦਾਂ ਬਦਲੀਆਂ ਤਾਂ ਅਸੀਂ ਸ਼ਾਇਦ ਜਿਹੜਾ ਨਾਮ ਹੈ, ਅਸੀਂ ਹੁਣ ਉਹ ਫਿਰ 5 ਦਰਿਆਵਾਂ ਦੀ ਮਲਕੀਅਤ ਦਾ ਜਿਹੜਾ ਕਲੇਮ ਕਰਦੇ ਹਾਂ, ਕਿਤੇ ਨਾ ਕਿਤੇ ਸਾਡੀ ਚੇਤਨਾ ਦੇ ਵਿੱਚ ਇਹ ਗੱਲ ਪੰਜਾਬੀਆਂ ਦੇ ਇਹ ਘਰ ਕੀਤੀ ਹੋਈ ਹੈ ਕਿ ਅਸੀਂ ਤਾਂ 5 ਦਰਿਆਵਾਂ ਦੇ ਮਾਲਕ ਹਾਂ। ਕਿ ਬਾਕੀ ਸੂਬਿਆਂ ਨੂੰ ਤਾਂ ਅਧਿਕਾਰ ਹੈਗੇ ਨੇ ਸਭ, ਜੋ ਖਣਿਜ ਨਿਕਲਦਾ, ਜੋ ਪਦਾਰਥ ਨਿਕਲਦਾ, ਇਹ ਸੂਬੇ ਦਾ ਅਧਿਕਾਰ ਹੈ, ਫਿਰ ਪੰਜਾਬ ਦੇ ਪਾਣੀਆਂ ਦੇ ਉੱਤੇ ਜੇ ਦਰਿਆ ਲੰਘਦੇ ਨੇ ਕਿ ਪੰਜਾਬ ਦਾ ਅਧਿਕਾਰ ਨਹੀਂ? ਤਾਂ ਜਦੋਂ ਅਸੀਂ ਸੂਬੇ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਲੱਗਦਾ ਕਿ ਅੱਜ ਜਿਹੜਾ ਪੰਜਾਬ ਦੇ ਦਰਿਆ ਨੇ ਉੱਤੇ ਪੰਜਾਬ ਸਰਕਾਰ ਦਾ ਹੱਕ ਹੈਗਾ, ਠੀਕ ਹੈ ਇਹ। ਪਰ ਕਾਨੂੰਨੀ ਤੌਰ ਦੇ ਉੱਤੇ ਜਦੋਂ 1166 ਤੋਂ ਪਹਿਲਾਂ ਵਾਲੀ ਜਿਹੜੀ ਸਰਕਾਰ ਸੀ, ਉਹ ਵੀ ਤਾਂ 1950 ਵਾਲੇ ਸੰਵਿਧਾਨ ਦੇ ਤਹਿਤ ਹੀ ਕੰਮ ਕਰ ਰਹੀ ਸੀ ਨਾ। ਜਥੇਬੰਦੀਆਂ ਕਹਿੰਦੀਆਂ ਨੇ ਕਿ ਰਿਪੇਰੀਅਨ ਸੰਵਿਧਾਨ ਦੇ ਨਾਲ ਕਿਉਂ ਨਹੀਂ ਵੰਡ ਹੁੰਦੀ? ਤੁਸੀਂ ਕਹਿ ਰਹੇ ਹੋ ਕਿ ਜੇ ਯਮੁਨਾ ਦੇ ਉੱਤੇ ਦਿੱਲੀ ਦਾ ਹੱਕ ਹੈ ਕਿ ਪੰਜਾਬ ਦੇ ਦਰਿਆਵਾਂ ਦੇ ਉੱਤੇ ਪੰਜਾਬ ਦਾ ਹੱਕ ਨਹੀਂ ਹੈਗਾ, ਜੇ ਪੰਜਾਬ ਕੋਲ ਫਾਲਤੂ ਪਾਣੀ ਹੈ ਕਿ ਪੰਜਾਬ ਪਾਣੀ ਨਹੀਂ ਵੇਚ ਸਕਦਾ? ਮੈਂ ਇਹ ਨਹੀਂ ਕਿਹਾ ਕਿ ਯਮੁਨਾ ਦੇ ਉੱਤੇ ਦਿੱਲੀ ਦਾ ਹੱਕ ਨਹੀਂ, ਮੈਂ ਤਾਂ ਸਗੋਂ ਕਹਿ ਰਿਹਾ ਕਿ ਦਿੱਲੀ ਦਾ ਹੱਕ ਤਾਂ ਯਮੁਨਾ 'ਤੇ ਹੈ, ਉਹ ਆਪਣਾ ਯਮੁਨਾ ਤੋਂ ਪਾਣੀ ਲੈਣ ਨਾ, ਡਰਿੰਕਿੰਗ ਵਾਟਰ। ਅਤੇ ਜਿਹੜਾ ਪ੍ਰੈਜ਼ੀਡੈਂਟ ਸਿਨੇਰੀਓ, ਉਹਦੇ ਵਿੱਚ ਤਾਂ ਅਜੇ ਵੀ BBMB ਨੈੱਟਵਰਕ ਦੇ ਵਿੱਚੋਂ ਪਾਣੀ ਜਾ ਰਿਹਾ, ਦਿੱਲੀ ਦੀ ਸਪਲਾਈ ਜਾ ਰਹੀ ਹੈ। ਰਿਜ਼ਲਟੀ ਲੈ ਸਕਦਾ ਪੰਜਾਬ ਜੋ ਪਾਣੀ ਜਾਂਦਾ ਹਰਿਆਣੇ ਨੂੰ, ਰਾਜਸਥਾਨ ਨੂੰ, ਦਿੱਲੀ ਨੂੰ? ਰਾਇਲਟੀ ਮਿਲਣੀ ਚਾਹੀਦੀ ਪੰਜਾਬ ਨੂੰ? ਰਾਇਲਟੀ ਵਾਲਾ ਜਦ ਇੱਕ ਚੀਜ਼ ਤੁਸੀਂ ਦੇ ਦਿੱਤੀ ਮੈਨੂੰ ਅਤੇ ਉਹਦਾ ਕੀਮਤ ਤੈਅ ਨਹੀਂ ਕੀਤੀ, ਹੁਣ ਉਹ ਸਾਲਾਂ ਬੱਧੀ ਪਿਛਲਾ ਬਕਾਇਆ ਦਾ ਬਿੱਲ ਮੈਨੂੰ ਭੇਜੀ ਜਾਓ, ਉਹ ਤਾਂ ਗੱਲ ਇੱਕ ਬੜੀ ਵਪਾਰਕ ਤੌਰ 'ਤੇ ਠੀਕ। ਸੀਕਰਟ ਡਾਕੂਮੈਂਟ 'ਚ ਲਿਖਿਆ ਹੋਇਆ ਸੀ ਕਿ ਪੰਜਾਬ ਜੋ ਹੈ 1955 ਦਾ ਸੀਕਰਟ ਡਾਕੂਮੈਂਟ ਹੈ, ਪੰਜਾਬ ਪਾਣੀ ਦੇ ਦੇਵੇ ਰਾਜਸਥਾਨ ਨੂੰ, ਰਾਇਲਟੀ ਬਾਅਦ 'ਚੋਂ ਤੈਅ ਕਰਾਂਗੇ, ਉਹ ਕਦੀ ਵੀ ਤੈਅ ਨਹੀਂ ਹੋਈ। ਸੋ ਮੈਂ ਉਹ ਸੀਕਰੇਟ ਡਾਕੂਮੈਂਟ ਮਾਫ਼ ਕਰਨਾ ਨਹੀਂ ਪੜਿਆ, ਅਤੇ ਜੇ ਕਿਤੇ ਹੋਇਆ ਸੀ ਕਿ ਬਾਅਦ ਦੇ ਵਿੱਚ ਦਰਾਂ ਤੈਅ ਹੋਣਗੀਆਂ ਜਾਂ ਤੈਅ ਹੋਏਗੀ ਕਿ ਕਿੰਨੀ ਰਾਇਲਟੀ ਦੇਣੀ ਹੈ, ਤਾਂ ਉਹ ਉਸ ਸਮੇਂ ਕਰਵਾਉਣੀ ਚਾਹੀਦੀ ਸੀ। ਦਿੱਲੀ ਪਾਣੀ ਖਰੀਦਦਾ, ਹਿਮਾਚਲ ਨੂੰ ਕਰੋੜਾਂ ਰੁਪਏ ਸਾਲ ਦੇ ਜਾਂਦੇ ਨੇ, ਜੇ ਦਰਿਆ ਵਗਦੇ ਨੇ ਤੁਹਾਡੇ ਇਲਾਕੇ 'ਚੋਂ ਲੰਘਦੇ ਨੇ, ਕਿਹਾ ਜਾਂਦਾ ਜੋ ਜਥੇਬੰਦੀਆਂ ਕਹਿੰਦੇ ਨੇ ਕਿ ਮਾਲਕਾਨਾ ਹੱਕ ਉਹਨਾਂ ਦਾ ਹੋਣਾ ਚਾਹੀਦਾ। ਹੁਣ ਅਹਿਮ ਸਵਾਲ ਹੈ, ਜੇ ਦਰਿਆ ਲੰਘਦੇ ਨੇ ਕੀ SYL ਦੇ ਵਿੱਚੋਂ ਪਾਣੀ ਜਾਣਾ ਚਾਹੀਦਾ ਹਰਿਆਣੇ ਨੂੰ? ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਲਗਾਤਾਰ ਹੀ ਗੰਭੀਰ ਸਥਿਤੀ ਵੱਲ ਜਾ ਰਿਹਾ ਹੈ। ਪ੍ਰੈਸ ਕਾਨਫਰੰਸ ਵੀ ਹੋ ਰਹੀਆਂ ਨੇ ਤਾਂ ਪ੍ਰੋਟੈਸਟ ਵੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਸ਼ੁਰੂ ਹੋਣ ਜਾ ਰਹੇ ਨੇ। ਪਿਛਲੇ ਕਈ ਮਹੀਨਿਆਂ 'ਚ ਇੱਕ ਚਰਚਾ ਚੱਲਦੀ ਪਈ ਸੀ BBM ਨੂੰ ਲੈ ਕੇ, ਉੱਥੋਂ ਇੱਕ ਪੋਸਟ ਜੋ ਹੈ ਉਹ ਪੰਜਾਬ ਦੀ ਬਾਹਰ ਕੱਢ ਦਿੱਤੀ ਹੈ, ਯਾਨੀ ਕਿ BBM ਦੇ ਵਿੱਚ ਕੋਈ ਵੀ ਪੰਜਾਬ ਦਾ ਨੁਮਾਇੰਦਾ ਨਹੀਂ ਹੋਏਗਾ। ਚਰਚਾ ਉਸ ਉੱਪਰ ਵੀ ਕਰਾਂਗੇ, ਚਰਚਾ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ ਵੀ ਕਰਾਂਗੇ ਕਿ ਪਾਣੀਆਂ ਦਾ ਅਸਲ ਮੁੱਦਾ ਹੈ ਕੀ। ਪੰਜਾਬ ਪਾਣੀਆਂ ਤੋਂ ਬਿਨਾਂ ਕੁਛ ਨਹੀਂ ਹੈਗਾ, ਕਿਉਂਕਿ ਖੇਤੀ ਦਾ ਧੰਦਾ ਜੋ ਹੈ ਪੰਜਾਬ 'ਚ ਉਹ ਪਾਣੀਆਂ ਨਾਲ ਚੱਲਦਾ। ਕੀ ਕੋਈ ਸੋਚ ਸਕਦਾ ਜਾਂ ਕੋਈ ਕਲਪਨਾ ਕਰ ਸਕਦਾ ਕਿ ਪਾਣੀ ਤੋਂ ਬਿਨਾਂ ਪੰਜਾਬ ਕਿਸ ਹਾਲਾਤ ਵਿੱਚ ਹੋਊਗਾ? ਅਤੇ BBM ਦੀ ਵੀ ਗੱਲ ਕਰਾਂਗੇ, ਕਿਉਂ ਉੱਥੇ ਪੰਜਾਬ ਦੀ
ਖਤਮ ਕਰ ਦਿੱਤੀ ਗਈ ਹੈ। ਸਾਡੇ ਨਾਲ ਮੌਜੂਦ ਨੇ ਰਟਾਏ ਐਸਡੀਓ ਤਜਿੰਦਰ ਸਿੰਘ, ਗੱਲਬਾਤ ਕਰਾਂਗੇ ਸਾਡੇ ਨਾਲ ਨੇ। ਸਭ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਪੰਜਾਬ ਨਿਊਜ਼ ਦੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਤੁਹਾਡਾ ਧੰਨਵਾਦ। ਤੁਸੀਂ ਮੈਨੂੰ ਇਸ ਆਪਣੇ ਮੰਚ ਦੇ ਨਾਲ ਜਿਹੜਾ ਰੂਬਰੂ ਹੋਣ ਦਾ ਮੌਕਾ ਦਿੱਤਾ। ਮੈਂ ਸਵਾਲ ਹੈ ਮੇਰਾ ਸਰ, BBM ਦੀ ਗੱਲ ਕਰੀਏ, BBM ਦੇ ਵਿੱਚੋਂ ਪੰਜਾਬ ਦੀ ਪੋਸਟ ਖਤਮ ਕਰ ਦਿੱਤੀ ਗਈ ਹੈ, ਤੁਸੀਂ BBM ਦੇ ਵਿੱਚੋਂ SDO ਲੱਗਦੇ ਹੋ, ਹੁਣ ਰਿਟਾਇਰ ਹੋ ਗਏ ਹੋ, ਅਸਲ ਵਿੱਚ ਮੁੱਦਾ ਹੈ ਕੀ? ਦੋਸਤੋ, ਪਾਣੀ ਦੀ ਮਹੱਤਤਾ ਦੀ ਗੱਲ ਦੇ ਉੱਤੇ ਮੈਂ ਪਹਿਲਾਂ ਕਰਨੀ ਚਾਹੂੰਗਾ। ਸਾਡੇ ਕੋਲ ਗੁਰੂ ਮਹਾਰਾਜ ਦਾ ਫਰਮਾਨ ਹੈ ਕਿ ਜਲ ਬਿਨ ਸਾਖ ਕਮਲਾਵਤੀ ਉਪਜੇ ਨਹੀਂ ਦਾ, ਅਤੇ ਇਹ ਸਾਰਾ ਸੰਸਾਰ ਜਿਹੜਾ ਹੈਗਾ ਇਹ ਬ੍ਰਹਿਮੰਡ ਹੈ, ਇਹਦੇ ਵਿੱਚ ਪਾਣੀ ਦਾ ਬਹੁਤ ਵੱਡਾ ਰੋਲ ਹੈ, ਖੇਤੀ ਦੇ ਵਿੱਚ ਬਹੁਤ ਵੱਡਾ ਰੋਲ ਹੈ, ਜੀਵ ਜੰਤੂਆਂ ਲਈ ਬਹੁਤ ਵੱਡਾ ਰੋਲ ਹੈ, ਅਤੇ ਪੰਜ ਦਰਿਆਵਾਂ ਦੀ ਧਰਤੀ ਜਿੱਥੇ ਕੁਦਰਤ ਦਾ ਇੱਕ ਬਹੁਤ ਵੱਡਾ ਇੱਕ ਗਿਫਟ ਅਤੇ ਇੱਕ ਤੋਹਫਾ, ਸਾਡੇ ਕੋਲ ਬਹੁਤ ਵੱਡਾ ਭੰਡਾਰ ਮੌਜੂਦ ਸੀ, ਇਹ ਬੜੀ ਤੇਜ਼ੀ ਨਾਲ ਖਤਮ ਹੋਣ ਵੱਲ ਵੀ ਵੱਧ ਰਿਹਾ ਅਤੇ ਪ੍ਰਦੂਸ਼ਿਤ ਵੀ ਹੁੰਦਾ ਜਾ ਰਿਹਾ। ਸੋ ਜਦੋਂ ਆਪਾਂ ਪਾਣੀ ਦੀ ਗੱਲ ਕਰਦੇ ਹਾਂ, ਸਭ ਤੋਂ ਜਿਹੜੀ ਅਹਿਮ ਗੱਲ ਹੈ ਉਹ ਪੀਣ ਵਾਲੇ ਪਾਣੀ ਦੀ ਗੱਲ ਹੈ। ਜਿਹੜੇ ਸਾਡੇ ਪੀਣ ਵਾਲੇ ਪਾਣੀ ਦੇ ਅੱਜ ਜਿਹੜਾ ਅਸੀਂ ਟਿਊਬਵੈੱਲ ਪਿੰਡਾਂ ਦੇ ਵਿੱਚ ਵਾਟਰ ਵਰਕਸ ਟੈਂਕੀਆਂ ਜਾਂ ਪਿੰਡ ਵਾਲਾ ਪਾਣੀ ਲੈ ਰਹੇ ਹਾਂ, ਉਹ ਲਗਭਗ 800 ਫੁੱਟ ਦੀ ਗਹਿਰਾਈ ਤੋਂ ਲੈ ਰਹੇ ਹਾਂ, ਤਾਂ ਉੱਥੇ ਤੱਕ ਤਾਂ ਪਾਣੀ ਜਿਹੜਾ ਬਾਰਿਸ਼ਾਂ ਦਾ ਜੇ ਥੋੜ੍ਹਾ ਬਹੁਤ ਰੀਚਾਰਜ ਹੁੰਦਾ ਵੀ ਹੋਊਗਾ ਤਾਂ ਉੱਥੇ ਤਾਂ ਰੀਚਾਰਜ ਵੀ ਨਹੀਂ ਹੋ ਰਿਹਾ ਜਿਹੜਾ ਅਸੀਂ ਬੜੀ ਤੇਜ਼ੀ ਨਾਲ ਕੱਢ ਰਹੇ ਹਾਂ। ਸੋ ਮੇਰਾ ਖਿਆਲ ਹੈ ਇਹ ਕ੍ਰਾਈਸਿਸ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤੇਜ਼ੀ ਨਾਲ ਜਿਸ ਦਿਸ਼ਾ ਵੱਲ ਅਸੀਂ ਵੱਧ ਰਹੇ ਹਾਂ, ਇਹ ਬੜੀ ਤੇਜ਼ੀ ਨਾਲ ਖਤਮ ਹੋਣ ਵਾਲੇ ਪਾਸੇ ਨੂੰ ਸੰਕੇਤ ਕਰਦਾ, ਔਰ ਇਸ ਤੋਂ ਬਾਅਦ ਸ਼ਾਇਦ ਹੋਰ ਡੂੰਘੇ ਬੋਰ ਜਿਹੜੇ ਹੈਗੇ ਆ ਬਹੁਤੀਆਂ ਥਾਵਾਂ ਦੇ ਉੱਤੇ ਸੰਭਵ ਨਾ ਹੋਣ, ਹੋ ਸਕਦਾ ਟਾਵਾਂ ਟਾਵਾਂ ਕਿਤੇ ਓਕਾ ਫਰ ਮਿਲ ਜਾਵੇ, ਤਾਂ ਇਹ ਇੱਕ ਬੜੀ ਗੰਭੀਰ ਸਥਿਤੀ ਵੱਲ ਲੰਘ ਰਹੇ ਹਾਂ ਅਸੀਂ। ਤਾਂ ਜਿਸ ਤਰ੍ਹਾਂ ਇਹ ਪਾਣੀ ਥੋੜ੍ਹਾ ਹੁੰਦਾ ਜਾਂਦਾ, ਤਿਉਂ ਤਿਉਂ ਜਿਹੜੇ ਉਹਦੇ ਪੋਲਿਊਸ਼ਨ ਕੰਟੈਂਟਸ ਆ ਉਹ ਕੰਸਨਟ੍ਰੇਟ ਵੀ ਹੋ ਰਹੇ ਨੇ, ਉਹ ਸੰਘਣੇ ਹੋ ਰਹੇ ਨੇ, ਕਿਉਂਕਿ ਪਾਣੀ ਜਿਹੜਾ ਉੱਡਦਾ ਹੈ ਉਹ ਵੈਪਰ ਬਣ ਕੇ ਉੱਡਦਾ, ਜਿਹੜੇ ਉਹਦੇ ਰੈਜੀਡਿਊਜ਼ ਨੇ, ਜਿਹੜੀ ਉਹਦੀ ਪੋਲਿਊਸ਼ਨ ਹੈ, ਉਹ ਕੰਸਨਟ੍ਰੇਟਡ ਰੂਪ ਦੇ ਵਿੱਚ ਫਿਰ ਜਿਹੜੀ ਹੈਗੀ ਉਹ ਧਰਤੀ 'ਤੇ ਰਹਿ ਜਾਂਦੀ ਹੈ। ਸੋ ਇਹਦੇ ਨਾਲ ਸਿਹਤ ਦੇ ਉੱਤੇ ਬੁਰੇ ਅਸਰ, ਖੇਤੀ ਦੇ ਉੱਤੇ ਬੁਰੇ ਅਸਰ, ਇਹ ਪੈਣੇ ਸੁਭਾਵਿਕ ਨੇ। ਅਕਸਰ ਦੇਖਣ ਦੇ ਵਿੱਚ ਇਹ ਆਇਆ ਕਿ ਜਦੋਂ ਪਾਣੀ ਨੂੰ ਮੁਕਾਉਣ ਦੀ ਗੱਲ ਹੁੰਦੀ ਹੈ ਤਾਂ ਸਾਡੇ ਵੱਖ ਵੱਖ ਵਰਗ ਇੱਕ ਦੂਜੇ 'ਤੇ ਦੋਸ਼ ਲਾਉਂਦੇ, ਖੇਤੀ ਵਾਲੇ ਭਰਾ ਕਾਰਖਾਨਿਆਂ 'ਤੇ ਲਾਉਂਦੇ ਨੇ, ਕਾਰਖਾਨੇ ਵਾਲੇ ਇਹਨਾਂ 'ਤੇ ਲਾਉਂਦੇ ਨੇ, ਪਿੰਡ ਵਾਲੇ ਸ਼ਹਿਰਾਂ 'ਤੇ ਲਾਉਂਦੇ ਆ ਕਿ ਜੇ ਅਸੀਂ ਮੱਝਾਂ ਨਹਾਉਂਦੇ ਹਾਂ ਤੁਸੀਂ ਵੀ ਗੱਡੀਆਂ ਧੋਨੇ ਹੋ, ਵਿਹੜੇ ਧੋਨੇ ਹੋ, ਲੀੜੇ ਕੱਪੜੇ ਧੋਨੇ ਹੋ, ਸ਼ਹਿਰ ਵਾਲੇ ਸਮਝਦੇ ਆ ਕਿ ਪਿੰਡਾਂ ਵਾਲੇ ਮੱਝਾਂ ਨਹਾਉਣ 'ਤੇ ਪਾਣੀ ਵੇਸਟ ਕਰ ਰਹੇ ਨੇ। ਸੋ ਅਸੀਂ ਇਸ ਤਰ੍ਹਾਂ ਦੀ ਇੱਕ ਇਲਜ਼ਾਮ ਤਰਾਸ਼ੀ ਦੇ ਵਿੱਚ ਲੱਗੇ ਹੋਏ ਹਾਂ, ਜਿਹਦੇ ਨਾਲ ਕਿ ਮੇਰਾ ਖਿਆਲ ਅਸੀਂ ਸਾਂਝੀ ਜ਼ਿੰਮੇਵਾਰੀ ਤੋਂ ਸ਼ਾਇਦ ਬਚਦੇ ਹਾਂ ਜਾਂ ਅਸੀਂ ਟਾਲਾ ਵੱਟਦੇ ਨਜ਼ਰ ਆਉਂਦੇ ਹਾਂ, ਤਾਂ ਇਹ ਇਸ ਤਰ੍ਹਾਂ ਜਿਹੜਾ ਹੈਗਾ ਇਸ ਤਰ੍ਹਾਂ ਦਾ ਰਿਐਕਸ਼ਨ ਹੈ, ਇਸ ਤਰ੍ਹਾਂ ਦੀ ਪ੍ਰਤੀਕਿਰਿਆ ਸਾਡੇ ਸਮਾਜ 'ਚ ਮਿਲ ਰਹੀ ਹੈ। ਸੋ ਮੇਰਾ ਖਿਆਲ ਹੈ ਸਾਨੂੰ ਇਸ ਤੋਂ ਹੁਣ ਉੱਤੇ ਉੱਠ ਕੇ ਪੈਣਾ ਪਏਗਾ, ਅਸੀਂ ਆਪਦੇ ਪਾਣੀਆਂ ਦੇ ਹੱਕਾਂ ਦੀ ਲੜਾਈ ਵੀ ਲੜੀਏ, ਅਸੀਂ ਪਾਣੀ ਨੂੰ ਬਚਾਉਣ ਦੀ ਲੜਾਈ ਵੀ ਲੜੀਏ, ਅਸੀਂ ਪਾਣੀ ਨੂੰ ਪ੍ਰਦੂਸ਼ਿਤ ਨਹੀਂ ਹੋਣ ਦੇਣਾ। ਇਹ ਸਾਰੀ ਜਿੱਥੇ ਜਿੱਥੇ ਵੀ ਜੋ ਕੁਛ ਵੀ ਹੋ ਰਿਹਾ ਹਰੇਕ ਥਾਂ 'ਤੇ ਚੈੱਕ ਕਰੀਏ, ਹੁਣ ਸਮਾਂ ਵੇਸਲੇ ਰਹਿਣ ਦਾ ਨਹੀਂ, ਸਾਨੂੰ ਹਰੇਕ ਫਰੰਟ ਦੇ ਉੱਤੇ ਜਿਹੜੀ ਲੜਾਈ ਹੈ ਇਹ ਬਹੁਤ ਇੱਕ ਬਹੁਦਸ਼ਾਵੀ ਲੜਾਈ ਜਿਹੜੀ ਉਹ ਲੜਨੀ ਪਏਗੀ। ਪੇਰੀਅਨ ਸਿਧਾਂਤ ਦੀ ਵੀ ਗੱਲ ਕਰਾਂਗੇ, ਹੁਣ ਸਭ ਤੋਂ ਅਹਿਮ ਸਵਾਲ ਹੈ, ਪੰਜਾਬ ਨੂੰ ਬਿਨਾਂ ਪਾਣੀ ਤੋਂ ਕਿੱਦਾਂ ਦੇਖਿਆ ਜਾ ਸਕਦਾ? ਦੋਸਤੋ, ਗੱਲ ਇਹ ਹੈ ਕਿ ਥੋੜ੍ਹਾ ਜਿਹਾ ਪਿੱਛੇ ਜਾਈਏ, ਕਿਉਂਕਿ ਜਿਹੜਾ ਸਾਡਾ ਸੰਵਿਧਾਨ ਹੈ 1947 ਦੀ ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਤੋਂ ਲੱਗਿਆ, ਜਿਹਦੇ ਵਿੱਚ ਸਾਡੇ ਪ੍ਰਾਂਤਾਂ ਨੂੰ ਜਿਹੜੇ ਰਿਪੇਰੀਅਨ ਮਾਲਕੀ ਦੇ ਹੱਕ ਦਿੱਤੇ ਗਏ। ਜਦੋਂ ਮੈਂ ਬੜੇ ਸਾਲਾਂ ਤੋਂ ਜੋ ਪੰਜਾਬ ਦੀ ਫਿਜ਼ਾ ਦੇ ਵਿੱਚ, ਅਖਬਾਰਾਂ ਦੇ ਵਿੱਚ, ਚਰਚਾਵਾਂ ਦੇ ਵਿੱਚ, ਜਦੋਂ ਤੋਂ ਲੈ ਕੇ ਖਾਸ ਕਰਕੇ ਇੱਕ ਪੂਰੀ ਮੋਰਚਾ ਲੱਗਿਆ, ਇੱਕ ਬਹੁਤ ਲੰਬਾ ਚੌੜਾ ਇਤਿਹਾਸ ਆ, ਉਹਦੀਆਂ ਹੁਣ ਗੱਲਾਂ ਨਾ ਕਰੀਏ ਕਿਉਂਕਿ ਉਹਦੇ 'ਤੇ ਬਹੁਤ ਕੁਛ ਕਿਹਾ ਬੋਲਿਆ ਜਾ ਚੁੱਕਾ ਹੈ, ਪਰ ਕਪੂਰੀ ਮੋਰਚੇ ਤੋਂ ਬਾਅਦ ਰਿਪੇਰੀਅਨ ਜਿਹੜਾ ਹੈਗਾ ਅਸੀਂ ਕਾਨੂੰਨ ਦੀ, ਬੜੇ ਹਰ ਇੱਕ ਬੰਦਾ ਜਿਹੜਾ ਵੀ ਸਟੇਜ 'ਤੇ ਬੋਲਦਾ ਰਿਪੇਰੀਅਨ ਕਾਨੂੰਨ ਦੀ ਵਿਆਖਿਆ ਕਰਦਾ। ਰਿਪੇਰੀਅਨ ਕਾਨੂੰਨ ਦੇ ਮੁਤਾਬਕ ਜੇ ਤੁਸੀਂ ਥੋੜ੍ਹਾ ਜਿਹਾ ਯਾਦ ਕਰੋ, ਪੰਜਾਬੀ ਲੋਕਾਂ ਦੀ ਯਾਦਾਸ਼ਤ ਬਹੁਤ ਤਕੜੀ ਹੈ, ਤਾਂ ਜਦੋਂ ਤੁਸੀਂ ਨਹਿਰਾਂ ਦੇ ਨਾਮ ਦੇਖਦੇ ਹੋ, ਜਿਹੜੀ ਰੋਪੜ ਤੋਂ ਨਹਿਰ ਨਿਕਲਦੀ ਹੈ ਬਲਾਚੌਰ ਵੱਲ ਨੂੰ, ਉਹਦਾ ਨਾਂ ਬਿਸਤ ਦੁਆਬ ਕਨਾਲ ਹੈ। ਸੋ ਬਿਸਤ ਦੁਆਬ ਇਹ ਆਪਣੇ ਆਪ ਵਿੱਚ ਬਹੁਤ ਕੁਛ ਦੱਸਦਾ ਹੈ। ਇਸੇ ਤਰ੍ਹਾਂ ਜਦੋਂ ਜਿਹੜੀਆਂ ਮਾਧੋਪੁਰ ਤੋਂ ਜਿਹੜੀਆਂ ਨਹਿਰਾਂ ਨਿਕਲਦੀਆਂ ਨੇ, ਜਿਹੜੀਆਂ ਮੌਜੂਦਾ ਜਿਹੜਾ ਸਾਡਾ ਗੁਰਦਾਸਪੁਰ ਹੈ, ਪਠਾਨਕੋਟ ਹੈ, ਅੰਮ੍ਰਿਤਸਰ ਹੈ, ਤਰਨ ਤਾਰਨ ਹੈ, ਉੱਥੇ ਜਿਹੜਾ ਸਿੰਚਾਈ ਦਾ ਇੰਤਜ਼ਾਮ ਹੈ ਉਹ ਨਹਿਰ ਦਾ ਜਿਹੜਾ ਨਾਂ ਹੈਗਾ ਉਹ ਬਾਰੀ ਦੁਆਬ ਹੈ। ਹੁਣ ਸਵਾਲ ਇਹ ਹੁੰਦਾ ਕਿ ਪੰਜਾਬੀਆਂ ਨੇ ਬਹੁਤ ਵਾਰੀ ਧਿਆਨ ਦੇਣਾ ਛੱਡਤਾ ਜਾਂ ਚੇਤਿਆਂ 'ਚੋਂ ਗੱਲ ਪਾਸੇ ਹਟ ਗਈ ਕਿ ਇਹ ਬਾਰੀ ਦੁਆਬ ਅਤੇ ਬਿਸਤ ਦੁਆਬ ਨਾਮ ਕਿੱਥੋਂ ਆਏ। ਬਿਸਤ ਦਾ ਮਤਲਬ ਹੈ ਕਿ ਬਿਆਸ ਅਤੇ ਸਤਲੁਜ ਦਰਿਆਵਾਂ ਦਾ ਵਿਚਕਾਰਲਾ ਇਲਾਕਾ, ਦੁਆਬ ਦੋਨਾਂ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ, ਅਤੇ ਜਿਹੜਾ ਬਾਰੀ ਹੈ ਉਹਦਾ ਮਤਲਬ ਬਿਆਸ ਅਤੇ ਰਾਵੀ ਦਾ ਵਿਚਕਾਰਲਾ ਇਲਾਕਾ। ਸੋ ਜੇ ਅਸੀਂ ਰਿਪੇਰੀਅਨ ਕਾਨੂੰਨ ਦੀ ਜਦ ਗੱਲ ਕਰਦੇ ਹਾਂ ਤਾਂ ਰਿਪੇਰੀਅਨ ਇਲਾਕੇ, ਰਿਪੇਰੀਅਨ ਇਲਾਕਿਆਂ ਦਾ ਕਿਹੜਾ ਉਹ ਪਰਿਵਾਰ ਹੈ ਜਿਹੜਾ ਦਰਿਆ ਦੀ ਜ਼ਮੀਨ ਵੰਡੇ, ਤਾਂ ਰਿਪੇਰੀਅਨ ਕਾਨੂੰਨ ਦੀ ਪਹਿਲੀ ਸ਼ਰਤ ਇਹ ਹੈ ਕਿ ਜਿਸ ਇਲਾਕੇ ਦਾ ਫਰੰਟੇਜ ਮੱਥਾ ਲੱਗਦਾ ਦਰਿਆ ਦੇ ਨਾਲ
ਉਹ ਇਲਾਕੇ ਉਸ ਉਹਦੇ ਪਰਿਵਾਰ ਦੇ ਮੈਂਬਰ ਨੇ ਰਿਪੇਰੀਅਨ ਪਰਿਵਾਰ ਦੇ ਜਿਹੜੇ ਉਸ ਦਰਿਆ ਦੇ ਪਾਣੀ ਦੇ ਹੱਕਦਾਰ ਨੇ। ਤੇ ਦੂਸਰੀ ਫਿਰ ਧਾਰਾ ਇਹ ਕਹਿੰਦੀ ਆ ਕਿ ਕਿਹੜਾ ਪਾਣੀ ਕਿਹੜਾ ਇਲਾਕੇ ਨੂੰ ਕਿੰਨਾ ਦਿੱਤਾ ਜਾਊਗਾ, ਤਾਂ ਦਰਿਆ ਇਹ ਕਹਿੰਦਾ ਹੈ ਕਿ ਜਿਹੜਾ ਪਾਣੀ ਦਰਿਆ ਦਾ ਕੁੱਲ ਪਾਣੀ ਹੈਗਾ ਉਹਨੂੰ ਲੰਬਾਈ ਦੇ ਅਨੁਪਾਤ ਨਾਲ ਵੰਡੋ। ਸੋ ਇਹ ਦੋ ਮੋਟੀਆਂ ਮੋਟੀਆਂ ਧਾਰਾਵਾਂ ਨੇ। ਤਾਂ ਸਾਡੇ ਨਹਿਰਾਂ ਦੇ ਨਾਮ ਹੀ ਰਿਪੇਰੀਅਨ ਨਾਮ ਮੁਤਾਬਕ ਸੀਗੇ। ਇਹ ਰਿਪੇਰੀਅਨ ਲਾਅ ਜਿਹੜਾ ਹੈਗਾ ਅੰਤਰਰਾਸ਼ਟਰੀ ਤੌਰ ਦੇ ਉੱਤੇ ਬਾਈ ਐਂਡ ਲਾਰਜ ਇਹ ਐਕਸੈਪਟਡ ਲਾਅ ਹੈ, ਪਰ ਜਦੋਂ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ ਇਹ ਗੱਲ ਪਾਈ ਗਈ ਤਾਂ ਉੱਥੇ ਜਿਹੜੇ ਮਾਲਕੀ ਦੇ ਹੱਕ ਆ ਉਹ ਪ੍ਰਾਂਤ ਨੂੰ ਦਿੱਤੇ ਗਏ। ਸੋ ਪ੍ਰਾਂਤ ਇੱਕ ਪ੍ਰਸ਼ਾਸਨਿਕ ਹੱਦ ਹੈ ਅਤੇ ਜਿਹੜਾ ਰਿਪੇਰੀਅਨ ਹੋਣਾ ਇਹ ਕੁਦਰਤ ਦੀ ਹੱਦਬੰਦੀ। ਸੋ ਕੁਦਰਤ ਦੀਆਂ ਹੱਦਾਂ ਅਤੇ ਪ੍ਰਸ਼ਾਸਨ ਦੀਆਂ ਹੱਦਾਂ ਮਿਸਮੈਚ ਕਰਦੀਆਂ ਨੇ, ਆਪਸ ਵਿੱਚ ਮਿਲਦੀਆਂ ਨਹੀਂ, ਜਿਹਦਾ ਕਰਕੇ ਇਹ ਰੌਲੇ ਨੇ, ਜਿਹਦਾ ਕਰਕੇ ਝੰਝਟ ਪਏ ਕਿ ਫਿਰ ਰਿਪੇਰੀਅਨ ਕੌਣ ਹੋਵੇ, ਕਿਉਂਕਿ ਰਿਪੇਰੀਅਨ ਉਸ ਹਿਸਾਬ ਨਾਲ ਦੁਆਬੇ ਹੁੰਦੇ ਨੇ ਨਾ ਕਿ ਪੰਜਾਬੀ। ਸੋ ਦੁਆਬਿਆਂ ਨੂੰ ਜੇ ਹੱਕ ਹੋਵੇ ਤਾਂ ਮੇਰਾ ਖਿਆਲ ਹੈ ਇਹ ਉਹਨਾਂ ਦਾ ਹੀ ਹੱਕ ਰਹਿਣਾ ਚਾਹੀਦਾ ਸੀਗਾ। ਉਹਦੇ ਨਾਲ ਜਿਹੜਾ ਸਾਡਾ ਡੀਸੈਂਟਰਲਾਈਜੇਸ਼ਨ ਆਫ ਪਾਵਰਸ, ਫੈਡਰਲਿਜ਼ਮ, ਇਲਾਕਿਆਂ ਦੀ ਖੁਦਮੁਖਤਿਆਰੀ, ਇਲਾਕੇ ਆਪਦੀ ਮਾਲਕੀ ਦਾ ਆਨੰਦ ਮਾਣ ਸਕਣ, ਉਹਦੇ ਮੁਤਾਬਕ ਆਪਦੇ ਫੈਸਲੇ ਕਰ ਸਕਣ। ਮੈਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਅਸੀਂ ਕੁਦਰਤ ਦੇ ਜਿਹੜੇ ਨਿਯਮ ਸੀ ਉਹਨਾਂ ਨੂੰ ਜਦੋਂ ਅਸੀਂ ਆਪਦੇ ਕਾਨੂੰਨ ਬਣਾਏ ਹਾਂ ਤਾਂ ਕਿਤੇ ਅਣਡਿੱਠ ਕੀਤਾ ਖੁੰਪ ਰੁਕੇਗੀ। ਜਦੋਂ ਸੂਬੇ ਬਣੇ ਨੇ ਅਲੱਗ ਅਲੱਗ ਸਭ ਸੂਬਿਆਂ ਨੂੰ ਕੁਦਰਤੀ ਸਰੋਤਾਂ ਦੇ ਉੱਤੇ ਅਧਿਕਾਰ ਦੇ ਦਿੱਤਾ, ਪੰਜਾਬ ਨੂੰ ਕਿਉਂ ਨਹੀਂ? ਪੰਜਾਬ ਨਾਲ ਕਾਣੀ ਵੰਡ ਹੋਈ ਹੈ, ਜੇ ਪੰਜਾਬ ਦੀ ਵੰਡ ਹੋ ਗਈ ਸੀ ਤਾਂ ਉਸ ਤੋਂ ਬਾਅਦ ਇਹਨੂੰ ਅਧਿਕਾਰ ਕਿਉਂ ਨਹੀਂ ਦਿੱਤੇ ਗਏ? ਦੇਖੋ ਇਹ ਤਾਂ ਇਹਦੇ 'ਤੇ ਮੈਂ ਕੋਈ ਟਿੱਪਣੀ ਨਹੀਂ ਕਰਨੀ ਚਾਹੂੰਗਾ, ਬਟ ਥੋੜ੍ਹਾ ਜਿਹਾ ਇੱਕ ਪੱਖ ਕਹਿਣਾ ਚਾਹੁੰਦਾ ਹੈ ਕਿ ਅਸੀਂ ਜਿਹੜੀ ਮਾਨਸਿਕਤਾ ਇੱਕ ਲੋਕ ਰਾਏ ਜਦੋਂ ਉਤਪੰਨ ਕਰਦੇ ਹਾਂ ਇਹਦੇ ਵਿੱਚ ਪ੍ਰੈਸ ਦਾ, ਮੀਡੀਏ ਦਾ, ਨੇਤਾਵਾਂ ਦਾ, ਪ੍ਰਚਾਰ ਪ੍ਰਸਾਰ ਦਾ ਬਹੁਤ ਵੱਡਾ ਰੋਲ ਹੁੰਦਾ। ਇੱਕ ਜਿਹੜੀ ਅਸੀਂ ਬਾਗੀ ਅਤੇ ਨਾਬਰੀ ਸੁਰਾਂ ਪੰਜਾਬੀ ਸੁਭਾਅ ਦਾ ਹਿੱਸਾ ਨੇ, ਤਾਂ ਜਦੋਂ ਇੱਕਦਮ ਗੱਲ ਆਉਂਦੀ ਹੈ ਕਿ ਅਸੀਂ ਪੰਜ ਦਰਿਆਵਾਂ ਦੇ ਮਾਲਕ ਹੁੰਦੇ ਸੀ, ਢਾਈ ਖੋਹ ਲਏ, ਤਾਂ ਅਸੀਂ ਇੱਕਦਮ ਰਿਐਕਟ ਕਰਦੇ ਹਾਂ ਕਿ ਢਾਈ ਤਾਂ ਸਾਡੇ ਪਹਿਲਾਂ ਖੋਏ ਗਏ। ਨਹੀਂ ਦੋਸਤੋ, ਪੰਜ ਦਰਿਆ ਜਿੱਥੇ ਪਹਿਲਾਂ ਵਗਦੇ ਸੀ 1947 ਤੋਂ ਪਹਿਲਾਂ ਉੱਥੇ ਹੀ ਵਗਦੇ ਨੇ। ਅਸੀਂ ਆਪਦੇ ਇਲਾਕੇ ਬਦਲੇ ਨੇ, ਪ੍ਰਸ਼ਾਸਨਿਕ ਬਦਲੀਆਂ ਕੀਤੀਆਂ ਨੇ, ਦਰਿਆ ਉੱਥੇ ਹੀ ਨੇ, ਦਰਿਆ ਅਜੇ ਵੀ ਪੰਜ ਹੀ ਨੇ। ਤਾਂ ਇਸੇ ਤਰ੍ਹਾਂ 1947 ਦੀ ਵੰਡ ਹੋਈ, ਫਿਰ 1966 ਦੀ ਵੰਡ ਹੋਈ, ਤਾਂ ਜਦੋਂ ਅਸੀਂ 1947 ਦੀ ਵੰਡ ਤਾਂ ਇੱਥੋਂ ਤੱਕ ਸੀਗੀ ਕਿ ਸਾਡੇ ਦੋ ਦੇਸ਼ ਬਣ ਗਏ। ਦੋ ਦੇਸ਼ਾਂ ਦੇ ਵਿੱਚ ਜਿਹੜੀ ਸਾਨੂੰ ਸਾਲਸੀ ਸੀ ਉਹ ਕਿਸੇ ਨਾ ਕਿਸੇ ਤਰ੍ਹਾਂ ਕੂਟਨੀਤਿਕ ਨੀਤੀਆਂ ਦੇ ਰਾਹੀਂ ਵਰਲਡ ਬੈਂਕ ਨੂੰ ਵਿੱਚ ਸਾਲਸ ਪਾਉਣਾ ਪਿਆ। ਅੱਜ ਵੀ ਜਿਹੜੇ ਸਾਡੇ ਪਾਕਿਸਤਾਨ ਨਾਲ ਜਿਹੜੇ ਰਿਲੇਟਡ ਝਗੜੇ ਨੇ, ਉਹ ਇੰਡੋ ਪਾਕ ਵਾਟਰ ਟ੍ਰੀਟੀ ਦੀ ਜਿਹੜੀ ਸਹਿਮਤੀ ਬਣੀ ਸੀ ਉਹ ਬੜੀਆਂ ਲੰਬੀਆਂ ਚੌੜੀਆਂ ਮੀਟਿੰਗਾਂ ਦੀ ਪ੍ਰਕਿਰਿਆ ਤੋਂ ਬਾਅਦ 1960 ਦੇ ਵਿੱਚ 47 ਤੋਂ 13 ਸਾਲ ਬਾਅਦ ਉਹ ਸਿਰੇ ਚੜ੍ਹੀ। ਅਤੇ ਅੱਜ ਵੀ ਜਦੋਂ ਕੋਈ ਇਤਰਾਜ਼ ਹੁੰਦਾ ਤਾਂ ਅਸੀਂ ਵਰਲਡ ਬੈਂਕ ਦੀ ਸਾਲਸੀ ਕੁਲ ਸ਼ਿਕਾਇਤਾਂ ਲੈ ਕੇ ਜਾਂਦੇ ਹਾਂ, ਜਾਂ ਉਹਦੇ ਗ੍ਰੀਵੈਂਸਿਸ ਆ ਜਿਹੜੇ, ਜਾਂ ਇਤਰਾਜ਼ ਹੁੰਦੇ ਨੇ ਉਹ ਵਰਲਡ ਬੈਂਕ ਦੀ ਹਾਜ਼ਰੀ 'ਚ ਬੈਠ ਕੇ ਹੱਲ ਕੀਤੇ ਜਾਂਦੇ ਨੇ। ਸੋ ਜਿਹੜਾ, ਕਿਉਂਕਿ ਪੰਜਾਬ ਇੱਕ ਬੜੇ ਵੱਡੇ ਇਲਾਕੇ ਦਾ ਨਾਂ ਸੀ ਜਿੱਥੇ ਪੰਜ ਦਰਿਆ ਹੁੰਦੇ ਸੀ, ਫਿਰ ਅਸੀਂ ਇਲਾਕਾ ਛੋਟਾ ਕਰ ਲਿਆ, ਫਿਰ ਅਸੀਂ 1966 ਦੇ ਵਿੱਚ ਹੋਰ ਵੰਡ ਕਰ ਲਈ, ਪਰ ਜਦੋਂ ਅਸੀਂ ਪ੍ਰਸ਼ਾਸਨਿਕ ਹੱਦਾਂ ਬਦਲੀਆਂ ਤਾਂ ਅਸੀਂ ਸ਼ਾਇਦ ਜਿਹੜਾ ਨਾਮ ਹੈ ਅਸੀਂ ਹੁਣ ਉਹ ਫਿਰ ਪੰਜਾਬ ਪੰਜ ਦਰਿਆਵਾਂ ਦੀ ਮਲਕੀਅਤ ਦਾ ਜਿਹੜਾ ਕਲੇਮ ਕਰਦੇ ਹਾਂ। ਕਿਤੇ ਨਾ ਕਿਤੇ ਸਾਡੀ ਚੇਤਨਾ ਦੇ ਵਿੱਚ ਇਹ ਗੱਲ ਪੰਜਾਬੀਆਂ ਦੇ ਇਹ ਘਰ ਕੀਤੀ ਹੋਈ ਹੈ ਕਿ ਅਸੀਂ ਤਾਂ ਪੰਜ ਦਰਿਆਵਾਂ ਦੇ ਮਾਲਕ ਹਾਂ। ਸੋ ਮੈਨੂੰ ਇਹ ਲੱਗਦਾ ਕਿ ਜਦ ਇਲਾਕੇ ਬਦਲਣੇ ਨੇ ਉਹਦੇ ਨਾਲ ਹੱਦਾਂ ਬਦਲ ਜਾਣੀਆਂ, ਇੱਥੋਂ ਤੱਕ ਸਾਨੂੰ ਜਿਹੜੀ ਇਹ ਗੱਲ ਥੋੜ੍ਹੀ ਸਮਝਣੀ ਚਾਹੀਦੀ ਹੈ। ਅਤੇ ਜਿੱਥੋਂ ਤੱਕ ਹੈਗਾ ਕਿ ਪਾਣੀ ਘੱਟ ਰਹੇ ਨੇ, ਸਾਡੀ ਲੋੜ ਮੁਤਾਬਕ ਪੂਰੇ ਨਹੀਂ ਹੋ ਰਹੇ, ਮੇਰਾ ਖਿਆਲ ਹੈ ਸਾਨੂੰ, ਮੈਂ ਜਿਵੇਂ ਪਹਿਲੀ ਗੱਲ ਕੀਤੀ ਕਿ ਬਹੁਤ ਦਿਸ਼ਾਵਾਂ ਦੇ ਵਿੱਚ ਇਹ ਗੱਲ ਲੈ ਕੇ ਜਾਣੀ ਚਾਹੀਦੀ ਹੈ। ਤਾਂ ਇੱਕ ਦਿਸ਼ਾ ਤਾਂ ਇਹ ਹੈ ਕਿ ਅਸੀਂ ਆਪਣੇ ਹੱਕਾਂ ਵਾਸਤੇ ਗੱਲ ਕਰੀਏ, ਕਾਨੂੰਨੀ ਚਾਰਾਜੋਈ ਕਰੀਏ ਜਿੰਨੀ ਵੀ ਹੋ ਸਕਦੀ ਹੈ, ਅਸੀਂ ਆਪਣੇ ਨਾਲ ਬੇਇਨਸਾਫੀ ਨਾ ਹੋਣ ਦੇਈਏ, ਉਸ ਬੇਇਨਸਾਫੀ ਦੇ ਖਿਲਾਫ ਡਟ ਕੇ ਖੜੀਏ। ਦੂਜੀ ਗੱਲ ਇਹ ਕਿ ਜਿੰਨੀ ਸਾਡੇ ਕੋਲ ਹੈ ਅਸੀਂ ਉਹਦੀ ਵਰਤੋਂ ਵੀ ਸੰਜਮ ਨਾਲ ਕਰੀਏ, ਅਸੀਂ ਸੰਕੋਚ ਨਾਲ ਕਰੀਏ। ਕੋਈ ਸਾਡੀਆਂ ਖੇਤੀ ਦੀਆਂ ਕਿਸਮਾਂ, ਖੇਤੀ ਦੀਆਂ ਤਕਨੀਕਾਂ, ਝੋਨਿਆਂ ਦੀਆਂ ਕਿਸਮਾਂ ਜਾਂ ਝੋਨੇ ਨੂੰ ਬੀਜਣ ਦਾ ਜਿਹੜਾ ਹੈਗਾ ਤਕਨੀਕ, ਸਾਨੂੰ ਹਰੇਕ ਫਰੰਟ ਦੇ ਉੱਤੇ, ਕਿਉਂਕਿ ਹੁਣ ਅਸੀਂ ਬਹੁਤ ਕੁਛ ਗੁਆ ਚੁੱਕੇ ਹਾਂ, ਇਹ ਕੁਦਰਤ ਦਾ ਸੋਮਾ ਅਸੀਂ ਬਹੁਤ ਬੁਰੀ ਤਰ੍ਹਾਂ ਤਬਾਹ ਕਰ ਚੁੱਕੇ ਹਾਂ, ਤਾਂ ਸਾਨੂੰ ਇਹਦੇ 'ਤੇ ਬਹੁਤ ਦਿਸ਼ਾਵਾਂ ਦੇ ਵਿੱਚ ਕੰਮ ਕਰਨਾ ਪਏਗਾ। ਸੋ ਸਾਰੇ ਆਪੋ ਆਪਣੀ ਥਾਂ ਕਰੀਏ, ਮੈਂ ਨਹੀਂ ਕਹਿੰਦਾ ਕਿ ਜਿੱਥੇ ਬਣਦਾ ਹੱਕ ਛੱਡਿਆ ਜਾਵੇ, ਪਰ ਸਾਨੂੰ ਇਹਦੇ 'ਤੇ ਥੋੜ੍ਹਾ ਜਿਹਾ ਫਿਰ ਨਵੇਂ ਸਿਰੇ ਤੋਂ ਕੁਛ ਨਵੇਂ ਸਿਰੇ ਤੋਂ ਰਿਵਿਊ ਕਰਕੇ ਇੱਕ ਨਵੀਂ ਅਪਰੋਚ ਬਣਾਉਣ ਦੀ ਲੋੜ। 66 ਵਿੱਚ ਜਦੋਂ ਪੰਜਾਬ ਦਾ ਸੂਬਾ ਬਣਦਾ ਉਦੋਂ ਕੀ ਰਿਪੇਰੀਅਨ ਸਿਧਾਂਤ ਦੇ ਹਿਸਾਬ ਨਾਲ ਪਾਣੀ ਦੀ ਵੰਡ ਹੋਣੀ ਚਾਹੀਦੀ ਸੀ ਕਿ ਪ੍ਰਸ਼ਾਸਨਿਕ ਹਿਸਾਬ ਦੇ ਨਾਲ? ਇਹ ਸਵਾਲ ਤਾਂ ਕਿ ਬਾਕੀ ਸੂਬਿਆਂ ਨੂੰ ਤਾਂ ਅਧਿਕਾਰ ਹੈਗੇ ਨੇ, ਸਭ ਜੋ ਖਣਿਜ ਨਿਕਲਦਾ, ਜੋ ਪਦਾਰਥ ਨਿਕਲਦੇ ਨੇ, ਸੂਬੇ ਦਾ ਅਧਿਕਾਰ ਹੈ, ਫਿਰ ਪੰਜਾਬ ਦੇ ਪਾਣੀਆਂ ਦੇ ਉੱਤੇ ਜੇ ਦਰਿਆ ਲੰਘਦੇ ਨੇ ਕਿ ਪੰਜਾਬ ਦਾ ਅਧਿਕਾਰ ਨਹੀਂ ਹੈਗਾ? ਦੋਸਤੋ ਗੱਲ ਫਿਰ ਉੱਥੇ, ਮੈਂ ਪਹਿਲੇ ਬਹੁਤ ਐਕਸਪਲੇਨ ਕਰ ਚੁੱਕਿਆ ਕਿ ਜਿਹੜਾ ਰਿਪੇਰੀਅਨ ਸਿਧਾਂਤ ਹੈ ਭਾਰਤੀ ਸੰਵਿਧਾਨ ਦੇ ਵਿੱਚ ਉਹ ਮੰਨਿਆ ਨਹੀਂ ਗਿਆ, ਉਹ ਲਾਗੂ ਨਹੀਂ ਕੀਤਾ ਗਿਆ, ਉਹ ਇੱਕ ਸਪੋਰਟਿਵ ਹੈ, ਇੱਕ ਸਹਾਇਕ ਵਿਆਖਿਆ ਹੈ, ਉਹ ਮਤਲਬ ਕੰਪਲਸਰੀ ਵਿਆਖਿਆ ਦੇ ਵਿੱਚ ਨਹੀਂ ਆਉਂਦਾ। ਕੰਪਲਸਰੀ ਤੌਰ ਦੇ ਉੱਤੇ ਜਿਹੜੀ ਸਾਡੀ ਮਲਕੀਅਤ ਆ ਸੂਬੇ ਦੀ ਮਲਕੀਅਤ ਹੈ,
तो जो असी सूबे की गल करते हैं तो सानू यह लगता है कि अज जिहड़ा पंजाब दे दरिया ने उत्ते पंजाब सरकार का हक है, ठीक है ये, पर कानूनी तौर के उत्ते जदों 1166 तो पहला वाली जिहड़ी सरकार सी वह भी तो 1950 वाले संविधान के तहत ही काम कर रही थी ना। सो सानू थोड़ा जिहा यह भी समझण की लोड़ है कि जदों असी इलाकों की खुद मुख्तियारी जां इलाके की मलकीयत तो शिफ्ट हो गए सूबे की मलकीयत ते चले गए तो सूबा सरकार जिहड़ी 1166 तो पहला वाली सी उन्हें किवें काम किया जां 1166 तो बाद वाली ने किया, फिर तो कानूनी दायरे दे विच दोनों ही आ गए कि वह एम्पावर्ड सीगे अधिकारत सीगे कानूनी तौर पर उन्हां दा हक सीगा कि उदों दी स्टेट जो करदी। तो हुण इहदा जिहड़ा सल्यूशन है जिहड़ा इहदा हल है वह राजनीति नहीं होना, ये सानू समझना पएगा कि साडा ब्रदरहुड एक सी साडा वह इलाका एक सी जिथे असी ये सारे दरियावां दा नहरां दा नैटवर्क विकसित किया ते उहदे चों जो लोड अनुसार भी थोड़ा देखा जाए। तो जिथों तक ये गल है कि एक बड़ी ताजी एक खास करके गल मशहूर हुई है कि मूसेवाले का जो इस वेल का जिक्र सीगा कि तुपका नहीं देंदे, तो इस तरह जी हुण एक ताज़ी ताज़ी साडे मुख्यमंत्री साहब भगवंत मान जी जी जमुना के उत्ते हक जताए ने। सो मैनू ये लगता है कि ये दोनों ही ठीक पहलू नहीं है, इन्हां दे उत्ते सानू मुड़ गौर करन दी लोड़ है। लाणा तो साडा सारा ही है, तो उस लाणे नू असी जदों तुपके पाणी दी तो गल तो वर्जित करांगे तो यह आपा विरोध है। इस तरह यह आपा विरोध है कि जदों असी जमुना का पानी देवांगे तो असी विचारधारक तौर के उत्ते जस्टिफाई कर रहे होंगे कि फिर इस तरह हरियाणे का भी रावी ब्यास के उत्ते हक है। सो मेरा ख्याल है ये शायद जिहड़े साडे बुद्धिजीवी चिंतक लोग ने जां प्रशासनिक अधिकारी ने शायद उन्हां उह किते ना किते जां गल पूरी नहीं कह पाए जां अधूरी कह पाए जां इह गल किस तरह कह पाए, ये कुछ इस तरह की गल है। बाकी ट्रिब्यूनल की मंग है जी चल रही है जो कानूनी चाराजोई है। तो फिर संविधान की गल करिए, जो मैं मेरा सवाल उही है कि बाकी सूबों में जो मिल सकता उन्होंने अधिकार फिर पंजाब में क्यों वांझा रखा गया? ये किसान जथेबंदियां कहिंदियां ने कि रिपेरी संविधान के नाल क्यों नहीं वंड हुंदी? तुसीं कह रहे हो कि जे यमुना के उत्ते दिल्ली का हक है कि पंजाब के दरियावां के उत्ते पंजाब का हक नहीं है, जे पंजाब कोल फालतू पानी है कि पंजाब पानी नहीं वेच सकता? नहीं, मेरा ख्याल मैं थोड़ा जिहा तुहाडा सवाल भुलेखा थोड़ा पा रहा है। मैं ये नहीं कहा कि जमुना के उत्ते दिल्ली का हक नहीं, मैं तो सगों कह रहा कि दिल्ली का हक तो जमुना ते है, वो अपना जमुना तो पानी लैन ना ड्रिंकिंग वाटर। तो जिहड़ा प्रेजिडेंट सनीरियो उहदे विच तां अजे भी BBMB नैटवर्क के विचों पानी जा रहा है, दिल्ली की सप्लाई जा रही है। सो मैं ये सवाल ये इस करके है कि वो अजे उन्होंने इंतजाम नहीं किया उत्थे कोई ड्रिंकिंग वाटर का, तो वो अजे भी पानी जिहड़ा हैगा भाखड़ा ब्यास मैनेजमेंट चो जा रहा है, दिल्ली ड्रिंकिंग वाटर लै रहा है। जिहड़ा जिहड़ा हैगा पंजाब ते हरियाणा जिहड़ा वरतों कर रहे ने वह खेती वरतों उत्थे जिहड़ी ज़्यादा पानी की जिहड़ी वरतों साडी खेती सैक्टर दे विच है, असी फसलां उगाउण वास्ते अनाज पैदा करन वास्ते करदे हां। सो वरतों दे लिहाज नाल थोड़ा ये वखरेवा बनता। तो जिथों तक हैगा कि जदों असी किसी होर सूबे दे विच जाके उहदे दरिया का हिस्सा मंगांगे तो विचारधारक तौर पर तो फिर गल जायज ही लगेगी ना, फिर उस हरियाणे वाले भी रॉयल्टी लै सकता पंजाब जो पानी जाता है हरियाणे नू राजस्थान नू दिल्ली नू रॉयल्टी मिलनी चाहिए पंजाब नू? नहीं, मेरा ख्याल है रॉयल्टी वाला जब एक चीज़ तुसी दे दी मैनू तो उहदा कीमत तय नहीं की, हुण उह सालां बद्धी पिछला बकाया दा बिल मैनू भेजी जाओ, वह तो गल एक बड़ी व्यापारक तौर पर ठीक है। सीक्रेट डॉक्यूमेंट लिखा हुआ सी कि पंजाब जो है 1955 का सीक्रेट डॉक्यूमेंट है पंजाब पानी दे दे राजस्थान रॉयल्टी बाद तय करा, कभी भी तय नहीं हुई। सो मैं वो सीक्रेट डाकूमेंट माफ़ करना नहीं पढ़िया, तो जे कि होया कि बाद दर तय हो तय होएगी कि किन्नी रॉयल्टी देनी है तो वह उस समय करवानी चाहिए सी, तो फिर क्यों नहीं करवाई? जल असी लाइक के तौर के उत्ते बड़ी कुछ तय करा कि असी तो पिछले कई सालों का बकाया लेना है, जिस तरह एक साड़ी एक राजनीतिक पार्टी के लोग कोई राजस्थान वाल 80 लाख का बकाया कढ़ते सी, तो मैनू तो यह गल तो डर जहा लगता भी कितने ऐ ना हो कदे साडे कोल हिमाचल साडे वाल बिल भेज दे। सो मेरा ख्याल है कि रिपेरियन इलाके जे वह नहीं खुद वरत पा रहे तो वह इहदा मुल वटन ये नहीं होना चाहिए, जिहड़े बाकी दे रिपेरियन परिवार ने वो उन्हां दी हिस्सेदारी वध जांदी है, परिवार तो बाहर जाके चीज़ मुल वटन के तौर पर व्यापार के तौर पर नहीं जानी चाहिए। दिल्ली पानी खरीदा हिमाचल नूं करोड़ों रुपए साल दे जाते हैं, जे दरिया वगदे ने तुहाडे इलाके चो लंघदे ने कहा जाता, जो जथेबंदियां कहिंदे ने कि मालकाना हक उन्हां दा होना चाहिए। हुण अहम सवाल है जे दरिया लंघदे ने कि SYL दे विचों पानी जाना चाहिए हरियाणे नूं? मेरी बेनती तो यह है कि मैं जो पहला व्याख्या जिनी करनी सी कर चुके हैं, जिहड़े सज्जणां कोल बहुत इस गल दी बौद्धिक तौर दे उत्ते वकालत तौर दे उत्ते क्लेम है
कि ये जाना चाहिए कि नहीं जाना चाहिए। तो जिहड़ा साडा केस सुप्रीम मानजोग सुप्रीम कोर्ट कोल पेंडिंग है, मेरा ख्याल उहदे च धिर बन के उन्होंने ये गल जोरदार जिहड़ी आवाज़ एक बड़ी पूरे हौसले नाल उठाउणी चाहिए है ता कि उन्हां दा जिहड़ा इंसाफ है पंजाबियों का बनता हक हो लिया जाए। एक आखिरी सवाल है, आप BBM तो गल शुरू की थी, तुसीं रिटायर एस डी हो BBM तो, मुद्दा की है पोस्ट नूं लैके, क्यों पंजाब दी उत्थे एक पोस्ट नूं खत्म कर दिता गया? BBMB दे विच जो मेरी जानकारी है कि 60-40 दे अनुपात नाल असी खर्चियां नूं बीयर करदे हां, साडे ते खर्चे 60-40 दी अनुपात नाल पैंदे ने, ते जिहड़ा उहदे विच जिहड़ा पाणियां दी वंड आ, बिजली दी वंड आ, इह साडे जिहड़े समझौते ने जिहड़े BBMB इहनां नूं रेगूलेट करदा, जो भी स्टेटां दे आपसी समझौते ने। पर एक गल मैनूं पता है कि बहुत वड्डी गिणती शायद हज़ारां च जिहड़े मुलाजम ने उह पंजाब दे BBMB दे विच घट ने, यानी कि पंजाब सरकार ने अपॉइंट नहीं कीते, उधर भेजे नहीं, ये डेपूटेशन नहीं है, साडा उत्थे शेयर है, तो उस हिस्से दे विच साडे उत्थे मुलाजम जाने चाहिए सी, पर साडे पंजाब दे मुलाजमां नूं पता नहीं, चाहे वह दर्जा 4 ने, दर्जा 3 ने, जां दर्जा 2 जां क्लास 1 दीआं पोस्टां है, जद नंगल तो परे BBMB दे एरिए जाना पैंदा तां हरेक बंदा किन्नी कतराउंदा। सो साडी उत्थे हज़ारां दे हिसाब नाल जिहड़ियां पोस्टां ने वह खाली ने, और वह फिर काम चलाउण वास्ते जिहड़े मुलाजम ने होरां सूबिआं दे उत्थे काम कर रहे ने, तनखाहां लै रहे ने, जदकि उहदा खर्चा असीं अदा कर रहे हां। पंजाब दे विच्चों मुलाजम उत्थे जा नहीं रहे, और जिहड़े बाकी सूबिआं तों मुलाजम आ रहे ने उहनां दा खर्चा पंजाब गवर्नमेंट ने चुकिआ, कुदरती है खर्चे दे विच तां असीं देणदार हैगे, देणा ही देणा, जो उत्थे खर्चा हुंदा खर्चा तां असीं दिंदे आं, तनखाहां वास्ते बजट प्रोवाइड करदे आं, पर मुलाजमां दी गिणती उत्थे जिहड़ी हैगी आ पूरी नहीं हैगी, इह हमेशा ही घट रही है, इहदे ते सियासी इलजामबाजी दे विच गिणती दा थोड़ा बहुत फर्क हो सकदा, सो इह साडियां उत्थे पोस्टां घट ने। जिथों तक हुण BBMB दी जिहड़ी मैंबर पावर ते मैंबर इरीगेशन दा सवाल है, उहदी शायद कुछ योग्यतावां बदलियां गईयां ने, उहदे विच योग्यतावां दे विच कुछ जो न्यू टैक्नोलॉजी दे हिसाब नाल एक्सपीरियंस दे लिहाज नाल जिहड़ी उत्थे मैंबरां दी योग्यता बदली गई है, वह वध तजर्बा, चाहे वह पावर ग्रिड मेनटेनेंस दा सी जां डैम मेनटेनेंस दा सी, वह वधाउण दे इरादे नाल जदों इह गल कीती गई तां देखिया गया कि जे सानूं इह योग्यता वाले बंदे हरियाणा जां पंजाब चों नहीं वी मिलणगे तां इहनूं ओपन कीता गया, पहले सीट एक पंजाब वास्ते रिजर्व सीगी, एक हरियाणे वास्ते सीगी। सो मेरा ख्याल है थोड़ा इहदे च सियासी तौर पर भी गल शायद हरियाणे नूं तां माफक नहीं बैठती कि वह केंद्र सरकार का विरोध करे, क्योंकि दोनों थाई एक सियासी पार्टी की सरकार है, पंजाब दे विच क्योंकि सियासी पार्टियां अलग अलग ने, इत्थे थोड़ा जिहा मामला वध हाईलाइट हो जाता है। सो ये असल दे विच मामला इस तरह का है, योग्यता दे पूरे जिहड़े हैगे आ वो मापदंड पूरे हो सकन, उहदे वास्ते उहनूं पंजाब वास्ते लिमिटड ना करके, हरियाणे वास्ते लिमिटड ना करके उन्हों ओपन किया गया। सो मेरा ख्याल है ये गल इन्नी का, बाकी जी अज कैमरे सामने गल दसी है, पर इस पास का कुछ होर चल पाया, कहिंदे सी कि जे BBM दे विचों दी पंजाब दी नुमाइंदगी खत्म कर दिती है, हुण पानी किवें लवेगा पंजाब BBM तो? नहीं देखो, जिथों तक मैं इस गल नूं डिल्यूट नहीं करनी चाहुंदा, पतली नहीं पाउणी चाहुंदा कि साडे मुलाजम जिथे साडा हक बनदा ना जाण, जाणा चाहीदा, रैदर सख्ती नाल भेजे जाणे चाहीदे, सानूं इह दावेदारी आपदी कदे वी नहीं छड्डनी चाहीदी। पर सवाल यह भी है ना कि जे साडे मुलाजम जाण ना तो फिर वह BBMB चलूगी किवें, BBMB दे विच फिर उस एडमिनिस्ट्रेशन की मजबूरी बन जाती है। तो जितों तक पानिया का सवाल है कि पानी सिर्फ ता ही पूरा आऊगा जे उत्थे साडे बंदे होणगे, इस तरह की गल नहीं, अक्सर ये देश किसी संविधान के तहत बनिया होया, जिहड़े साडे महकमें के मुख इंजीनियर ने उन्हां दीआं मंथली क्वार्टरली मीटिंगां हुंदियां ने, हरेक महकमे का चीफ इंजीनियर जो भी पंज पार्टनर स्टेटां ने वो आपदे आपदे हिसाब किताब उत्थे लैके जांदे आ कि असी किन्ना किन्ना पानी BBMB तो लिया है, किन्ना साडा बनदा सी, और वो जिहड़ियां फिगरां ने वो रीकनसाइल कीतियां जांदियां मीटिंगां दे विच बैठ के, जिहड़ा वाधा घाटा हुंदा उहनूं कैरी फॉरवर्ड करदे ने, BBMB दे विच इहदे ते लगातार मीटिंगां हुंदियां ने। क्वालिफिकेशन नूं लैके ओपन कर दिता गया भी पंजाब हुण पूरे देश विच कोई भी जो अप्लाई कर सकदा, क्वालिफिकेशन दा मुद्दा सी, क्वालिफिकेशन दे विचों जिहड़ी डोमिसाइल रिस्ट्रिक्शन सी मेरी जानकारी मुताबक वो खत्म कीती। एक आखिरी सवाल है, हुण जिवें अलग चलो तुसीं अज कैमरे अगे दस काफ़ी लोगों को पता लग जूगा, एक आखिरी सवाल है कैमरे अगे, भी जवाब दे देना, जिहड़े लोग कहिंदे सी कि BBM दे विचों हुण पंजाब दी पोस्ट चली गई है, बाकी भी हुण तुसीं कह रहे हो कि होर उत्थे मुलाजम जाने चाहिए ने पंजाब दे विचों, तुसीं कह रहे हो कि जा नहीं पा रहे, हुण की मनीए कि वाकई पंजाब दे नौजवान पढ़ नहीं पा रहे, क्वालिफिकेशन है नहीं तां करके नहीं अपॉइंट कीते जा रहे, जां पंजाब दे मुलाजम इत्थों जाणा ही नहीं चाहुंदे? देखो मैं भी उत्थे प्रमोशन दे विच बतौर SDO BBMB दे विच रह के आए, साडा उत्थे जदों हिस्सा है तां असी उत्थे क्यों ना जाइए,
ਸਾਨੂੰ ਜਾਣਾ ਚਾਹੀਦਾ ਪਰ ਅਸੀਂ ਇੱਕ ਕੰਫਰਟ ਜ਼ੋਨ ਮੁਲਾਜ਼ਮਾਂ ਨੇ ਬਣਾ ਲਿਆ ਕੁਝ ਸਿਆਸੀ ਜਿਹੜੀ ਹੈਗੀ ਇਹਦੀ ਉਹ ਆਪਦੀ ਵਰਤੋਂ ਕਰਦੇ ਨੇ ਆਪਦੇ ਸਬੰਧਾਂ ਦੀ ਰਿਸ਼ਤਿਆਂ ਦੀ ਤੋਂ ਆਪਣੇ ਇਲਾਕੇ ਦੇ MLA ਮੰਤਰੀ ਸਾਹਿਬਾਨ ਨੂੰ ਕਹਿ ਕੇ ਨਹੀਂ ਜੀ ਮੈਂ ਨਹੀਂ ਜਾਣਾ ਉਨੀ ਦੂਰ ਜੀ ਮੇਰਾ ਤਾਂ ਘਰ ਪਰਿਵਾਰ ਬਠਿੰਡੇ ਆ ਮੈਂ ਫਿਰੋਜ਼ਪੁਰ ਹਾਂ ਹਰੇਕ ਬੰਦਾ ਆਪਦੇ ਕੰਫਰਟ ਜ਼ੋਨ 'ਚ ਬੈਠਾ ਪਰ ਮੇਰਾ ਖਿਆਲ ਹੈ ਕਿ ਜਿੱਥੇ ਜਿੱਥੇ ਵੀ ਸਾਡੀ ਕੋਈ ਪੋਸਟਾਂ ਹੈਗੀਆਂ ਨੇ ਜਿੱਥੇ ਅਸੀਂ ਖਰਚਾ ਅਦਾ ਕਰ ਰਹੇ ਹਾਂ ਸਾਨੂੰ ਉੱਥੇ ਜਾਣਾ ਚਾਹੀਦਾ ਔਰ ਇਹਦੇ ਨਾਲ ਇੱਕ ਇਹ ਵੀ ਭਾਵਨਾ ਬਣੇਗੀ ਕਿ ਜਦ ਸਾਡੇ ਉੱਥੇ ਇੰਨੇ ਮੁਲਾਜ਼ਮ ਬੈਠੇ ਨੇ ਤਾਂ ਸਾਡੀ ਹਿੱਸੇਦਾਰੀ ਦੇ ਵਿੱਚ ਕੋਈ ਗੜਬੜ ਨਹੀਂ ਹੋ ਸਕਦੀ ਕੋਈ ਸਾਡੇ ਨਾਲ ਧੋਖਾ ਨਹੀਂ ਹੋ ਸਕਦਾ ਕਿਉਂਕਿ ਸਾਡੇ ਆਪਣੇ ਮੁਲਾਜ਼ਮ ਬੈਠੇ ਨੇ ਇਹਦੇ ਨਾਲ ਭਰੋਸੇਯੋਗਤਾ ਵੀ ਵਧੂਗੀ ਸੋ ਦੋਨੋਂ ਗੱਲਾਂ ਹੀ ਨੇ ਇੱਕ ਤਾਂ ਅਸੀਂ ਜਾਂਦੇ ਨਹੀਂ ਅਤੇ ਇੱਕ ਫਿਰ ਸ਼ੱਕ ਦੀ ਭਾਵਨਾਵਾਂ ਵੀ ਵਧਦੀਆਂ ਨੇ ਸੋ ਸਾਡੇ ਮੁਲਾਜ਼ਮ ਜਾਣੇ ਚਾਹੀਦੇ ਪਾਣੀ ਤਾਂ ਮਿਲੂਗਾ ਨਾ ਪੰਜਾਬ ਨੂੰ ਜੇ ਪੋਸਟ ਖਤਮ ਹੋ ਗਈ ਹੈ ਤਾਂ ਮੇਰਾ ਖਿਆਲ ਹੈ ਸਾਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਜਿਹੜੇ ਸਾਡੇ ਚੀਫ ਇੰਜੀਨੀਅਰ ਆਪਣੇ ਆਪਣੇ ਮਹਿਕਮਿਆਂ ਦੇ ਆ ਉਹ ਜਾ ਕੇ ਆਪਦਾ ਹਿਸਾਬ ਨਹੀਂ ਲੈਣਗੇ ਹਿਸਾਬ ਤਾਂ ਫਿਰ ਵੀ ਚੀਫ ਇੰਜੀਨੀਅਰਾਂ ਨੇ ਲੈਂਦੇ ਰਹਿਣਾ ਪਹਿਲਾਂ ਵੀ ਲੈਂਦੇ ਸੀ ਗਾਂ ਵੀ ਲੈਂਦੇ ਰਹਿਣ ਤੁਸੀਂ ਸਾਡੀ ਗੱਲ ਬਸ ਸੁਣੀਏ ਸਾਡੇ ਨਾਲ ਮੌਜੂਦ ਸਨ BBM ਦੇ ਵਿੱਚੋਂ ਰਿਟਾਇਰ ਹੋਏ SDO ਤਰਜਿੰਦਰ ਸਿੰਘ ਚਰਚਾ ਤਾਂ ਕੀਤੀ ਗਈ ਹੈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਪਾਣੀਆਂ ਨੂੰ ਲੈ ਕੇ ਦੁਬਾਰਾ ਮੁਲਾਕਾਤ ਕਰਾਂਗੇ ਇਹਨਾਂ ਦੇ ਨਾਲ ਕਿਉਂਕਿ ਇੰਨੇ ਘੱਟ ਸਮੇਂ ਦੇ ਵਿੱਚ ਚੀਜ਼ਾਂ ਨਹੀਂ ਦੱਸੀਆਂ ਜਾਣੀਆਂ ਸੀ ਪਾਣੀ ਨੂੰ ਲੈ ਕੇ ਤੁਸੀਂ ਇੱਕ ਪਾਸਾ ਸੁਣਿਆ ਕਿ ਕਿੱਥੇ ਕਿੱਥੇ ਪੰਜਾਬ ਜੂਝਦਾ ਪਾਣੀ ਨੂੰ ਲੈ ਕੇ ਕਿੱਥੇ ਸਮੱਸਿਆ ਆ ਰਹੀ ਹੈ ਅਤੇ ਅਗਲੀ ਵਾਰੀ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਜੋ ਨਹਿਰ ਅਤੇ ਖਾਲੇ ਬਣੇ ਨੇ ਇਹਨਾਂ ਵਿੱਚ ਪਾਣੀ ਗੈਬ ਕਿਉਂ ਹੋ ਗਿਆ ਹੁਣ ਪਾਣੀ ਆ ਕਿਉਂ ਨਹੀਂ ਰਿਹਾ ਨਹਿਰ ਕੱਸੀਆਂ ਬਣੀਆਂ ਹੋਈਆਂ ਸੀ ਪਹਿਲਾਂ ਪਾਣੀ ਸੀ ਹੁਣ ਕੱਸੀਆਂ ਸੁੱਕ ਗਈਆਂ ਨੇ ਉਹ ਪਾਣੀ ਗਿਆ ਕਿੱਥੇ ਚਰਚਾ ਇਹਨਾਂ ਨਾਲ ਦੁਬਾਰਾ ਆਪਾਂ ਫਿਰ ਕਰਾਂਗੇ